ਕਰਕੇ ਰੇੜੇ ਹਾਂਡੀਆਂ ਨੂੰ ਹਾਣ ਮਿੱਤਰੋ ਆਓ ਭੱਜਦਿਆਂ ਨੂੰ ਇੱਕੋ ਜਿੱਕੇ ਬਾਣ ਮਿੱਤਰੋ ਤੇ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਆਓ ਧੁੱਪ ਪੈ ਗਈ ਹੈ ਚੰਗਾਲੀ ਬਣਦੇ ਵੱਡੇ ਕੱਪ ਦੀ ਅੱਜ ਕਦੇ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਚਰਚਾ ਹੋ ਰਹੀ ਹੈ ਵੀ ਮੇਲਾ ਚੰਗਾਲੀਆਂ ਦੀ ਧਰਤੀ ਦੇ ਬੜਾ ਵੱਡਾ ਖੇਡਿਆ ਜਾ ਰਿਹਾ ਹੈ ਇੱਕ ਟੀਮ ਜਿਹੜੀ ਆਪਣੇ ਕੋਲ ਫਾਈਨਲ 'ਚ ਪ੍ਰਵੇਸ਼ ਕਰ ਗਈ ਹੈ ਇੱਕ ਆ ਜਿਹੜੀ ਜਿੰਦਗੀ ਟੀਮ ਉਹਨੇ ਖੇਡਣਾ ਹੈ ਉਸ ਤੋਂ ਬਾਅਦ ਇੱਕ ਮੈਚ ਰਹਿ ਜਾਣਾ ਆਪਣੇ ਕੋਲ ਫਾਈਨਲ ਤੇ ਫਿਰ ਆ ਮੇਲੇ ਇੱਕ ਸਾਲ ਦਾ ਜਿਹੜਾ ਲਾਰਾ ਲਾ ਦੇਣਾ ਹੈ ਇੱਕ ਸਾਲ ਬਾਅਦ ਉਸ ਧਰਤੀ ਦੇ ਦੁਬਾਰੇ ਰੌਣਕਾਂ ਲੱਗਣਗੀਆਂ 52 ਹਫ਼ਤਿਆਂ ਦੇ ਬਾਅਦ 365 ਦਿਨਾਂ ਦੇ ਬਾਅਦ ਉਹ ਕਹਿੰਦੇ ਭਰਾ ਸਾਡੇ ਕਹਿੰਦੇ ਵੀ ਚਰਚੇ ਆਪਾਂ ਫੇਰ ਕਰਾ ਦਾਂਗੇ ਅੱਜ ਵੀ ਟੀਮਾਂ ਸਾਰੀਆਂ ਚੋਟੀ ਦੀਆਂ ਹੋਈਆਂ ਆਉਂਦੇ ਸਾਲ ਪ੍ਰਬੰਧਕ ਵੀਰ ਕਹਿੰਦੇ ਆ ਵੀ ਹਾਲੇ ਜਿਹੜਾ ਰਹਿ ਗਈ ਉਹ ਕੱਢ ਦਿਆਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਕੱਪ ਜਿਹੜਾ ਵੀਰ ਕਹਿੰਦੇ ਆਉਂਦੇ ਸਾਲ ਵੀ ਕਰਵਾਇਆ ਜਾਣਾ ਹੈ ਪਰ ਸਾਲ ਵੀ ਟੀਮਾਂ ਕਹਿੰਦੇ ਤਗੜੀਆਂ ਬਣ ਕੇ ਆਈਆਂ ਮੈਂ ਵੀ ਤਬਾਹ ਦੱਸਿਓ ਜੀ ਜੇ ਰਿੰਕੂ ਮੱਲੇ ਵਾਲਾ ਆਹ ਮੈਚ ਜਿੱਤ ਕੇ ਫਾਈਨਲ ਖੇਡੇ 1100 ਬੌਕਸਰ ਢਾਬਾ ਵੱਲੋਂ ਜੇ ਰਿੰਕੂ ਮੱਲੇ ਵਾਲਾ ਆਹ ਮੈਚ ਜਿਤਾਵੇ ਤੇ 1100 ਰੁਪਇਆ ਢਾਬਾ ਵਾਲੇ ਬੌਕਸਰ ਵਾਲੀਆਂ ਦਿੱਤਾ ਜਾਵੇਗਾ ਰਿੰਕੂ ਜੇ ਫਾਈਨਲ ਖੇਡੇ ਤੇ 1100 ਲਓ ਜੀ ਫੇਰ ਚੱਲ ਪਿਆ ਕਮਰੇ 12-11 ਹੋ ਗਏ ਇੱਧਰ ਉਹ ਬਾਲ ਓਏ ਸੱਜਣ ਯਾਰ ਆਹ ਬਾਲ ਥੋੜੀ ਬਦਲੀ ਆ ਬਾਲ ਐ ਤੁਰੀ ਐ ਹੋਰ ਸੁਖਦੀਪ ਦੇ ਇੱਧਰ ਦੀ ਲੰਘ ਗਿਆ ਪਿੱਛੇ ਮੁੜ ਗਈ ਦੇਖੀ ਨਹੀਂ ਤੈਂ ਬਾਲ ਸਪੀਡ ਨਹੀਂ ਸੀ ਨਾਲੇ ਬਾਲ ਦੀ ਜਮੀ ਕਿੰਨੇ ਹੋ ਗਏ ਬਾਈ 13-11 ਹੋ ਗਏ ਵੀਰੇ 13 ਸਹਾਰਨਪੁਰ ਯੂਪੀ ਰਵੀ ਬਹਾਦਰਗੜ੍ਹ ਤੇ ਛੋਟੂ ਮਾਜਰੇ ਤੇ 11 ਚੈਣੇਵਾਲ ਮਹਿੰਦੀ ਸ਼ਰਮਾ ਕਲੱਬ ਬੜਾ ਖੜੀ ਜਸਵੀਰ ਮੈਂ ਇੱਕ ਮਿੰਟ ਚ ਹੀ ਆ ਗਿਆ ਧਿਆਨ ਰੱਖੀ ਬਾਹਰ ਨਾ ਵੱਜ ਜਾਏ ਪੂਰੇ ਜਗ੍ਹਾ ਬੰਦ ਕਰ ਬਾਈ ਲੈਟ ਬੰਦ ਕਰ ਬਾਈ ਹੈਪੀ ਕਲੱਬ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਿਹਨਾਂ ਨਾਲ ਸਟੇਜ 'ਤੇ ਆਓ ਜੀ ਹੈਪੀ ਮੇਰਾ ਵੀਰ ਬਣ ਕੇ ਉਹ ਟਾਸ ਕਰ ਦਿਓ ਜੀ ਤੀਜੇ ਚੌਥੇ ਵਾਲੀ ਕਹਿੰਦੇ ਮੁੰਡੇ 14 ਹੋਏ ਸੱਚ ਨੂੰ ਤੁਸੀਂ ਅੱਜ ਕੁੱਕੜ ਵਧੀਆ ਬਣਾਇਆ ਲੱਤਾਂ ਵਾਲੀ ਅੱਜ ਕੱਲ੍ਹ ਲਈ ਜਾਂਦਾ ਫਾਈਨਲ ਮੈਚ ਬਾਕੀ ਆ ਜੀ ਆਪਣੇ ਕੋਲੇ
ਕਿੰਨੇ ਸਕੋਰ ਇਧਰ ਵਧਿਆ ਘਟਿਆ ਕੋਈ 14-11 ਸਕੋਰ ਆ ਜੀ 14 ਸਹਾਰਨਪੁਰ ਯੂਪੀ 11 ਚੈਣੇਵਾਲ ਹੈ ਬਈ ਹਾਂ ਸੱਚੇ ਦੀਪ ਕਹਿੰਦਾ ਨਾਮ ਨੀ ਹੈਲੋ ਲਾ ਦੀ ਕਮਲ ਖਨਾਲ ਵਾਲੇ ਮੁੰਡੇ ਜਿੱਤੇ ਕਰਦੇ ਆ ਮੇਰਾ ਵੀਰ ਬਣ ਕੇ ਕਮਲ ਕਿੱਥੇ ਜੀ ਰਵੀ ਦੇ 11 ਚੈਣੇਵਾਲ ਦੇ ਰਿੰਕੂ ਵਾਲੀ ਸਾਈਡ ਵਾਲੀਬਾਲ ਸ਼ੂਟਿੰਗ ਹਰਿਆਣੇ ਵਾਲਾ ਮੁੰਡਾ ਉਧਰਲੀ ਸਾਈਡ ਵੀਰੇ ਚੈਣੇਵਾਲ ਵਾਲੀ ਸਾਈਡ ਲੈ ਵੀਰੇ ਕਲੱਬਾਂ ਵਾਲੇ ਜਿੰਨੇ ਵੀ ਵੀਰ ਆ ਕਿਰਪਾ ਕਰਕੇ ਸਟੇਜ ਤੇ ਆਓ ਜੀ ਕਲੱਬ ਵਾਲੇ ਭਰਾ ਮੇਰੀ ਬੇਨਤੀ ਹੈ ਜੀ ਕਲੱਬ ਵਾਲੇ ਜੀ ਅੱਜ ਨਰਿੰਦਰ ਹਰਿਆਣੇ ਨਹੀਂ ਸੀ ਆਈ ਜੀ ਚੌਦਾਂ ਗਿਆਰਾਂ ਫੇਰ ਚੇਂਜ ਆ ਜੀ 15 ਹੋ ਗਏ ਜੀ 15-11 ਚੇਂਜ ਆ ਜੀ ਲਾ ਵੀ ਦੱਸੀ ਕਿੰਨੇ ਕਿੰਨੇ ਪੁਆਇੰਟ ਹੋ ਗਏ ਨਵਾਬ 15 ਨੇ 15-11 15 ਤੇ 11 ਦੀ 15 ਨੰਬਰ ਆ ਜਿਹੜੇ ਸਹਾਰਨਪੁਰ ਦੀ ਟੀਮ ਤੇ ਯੂਪੀ ਦੀ ਟੀਮ ਤੇ ਔਰ 11 ਨੰਬਰ ਆ ਬੈਂਡੀ ਸ਼ਰਮਾ ਕਲੱਬ ਚੈਣੇਵਾਲ ਦੀ ਟੀਮ ਦੇ ਦੋਨੋਂ ਟੀਮਾਂ ਵੱਡੀਆਂ ਪ੍ਰਬੰਧੀਆਂ ਟੀਮਾਂ ਦੀ ਖੇਡ ਵਾਲੀਬਾਲ ਦੀਆਂ ਮੁੰਡੇ ਕਦੇ ਫਾਈਨਲ ਦੇ ਵਿੱਚ ਪ੍ਰਵੇਸ਼ ਕਰਨ ਦੇ ਲਈ ਬੜਾ ਜ਼ੋਰ ਲਾ ਰਹੇ ਨੇ ਵੀ ਜੋ ਦੇ ਰਨ ਵਿੱਚ ਜੂਝਦੇ ਬਹੁਤੇ ਤਲਵਾਰਾਂ ਉਸ ਡਾਂਡੇ ਦੇ ਹੱਥ ਹੁੰਦੀਆਂ ਬਈ ਜਿੱਤਾਂ ਤੇ ਹਾਰਾਂ ਆਓ ਖੁਸ਼ੀ ਮਨਾਈਏ ਜਿੱਤ ਦੀ ਬਈ ਨਾ ਹਾਰੋਂ ਡਰੀਏ ਪਾਣੀ ਪਹੁੰਚਦਾ ਕਰ ਦੋ ਜੀ ਗਰਾਊਂਡ ਨੰਬਰ 2 ਚ ਪਾਣੀ ਵਾਲੇ ਵੀਰ ਪਾਣੀ ਜ਼ਰੂਰ ਪਹੁੰਚਦਾ ਕਰ ਦੋ ਜੀ ਹਾਂਜੀ ਹਾਂਜੀ ਦਿਲਸ਼ਾਦ ਆਇਆ ਵੀਰੇ ਬਈਆ ਬੰਦ ਕਰ ਲਿਓ ਭਰਾ ਬਣ ਕੇ ਕਾਪੀ ਰਾਈਟ ਆਉਂਦਾ ਕਰ ਲਓ ਬੰਦ ਯਾਰ ਜੀ ਗਾਹਾਂ ਵੱਧ ਗਈ ਬਾਈ ਲਓ ਜੀ 15-11 ਤੋਂ ਫਿਰ ਚੱਲ ਪਿਆ ਮੈਚ ਵੀਰੇ ਬਾਲ ਕਿਵੇਂ ਜੇ ਖੜਕੇ ਜੇ ਹਵਾ ਘੱਟ ਹੋ ਗਈ ਹੋਰੀ ਰੋਟੀ ਉਤਰ ਪਈ ਸਟਾਰਟਿੰਗ ਜੋ ਜਾਣਾ ਸੀ ਉਹ ਫੈਰ ਮਾਰਿਆ ਉਹ ਫੈਰ ਦੋ ਬਾਲਾਂ ਬਹੁਤ ਤਕੜੀਆਂ ਮਾਰੀ ਫੈਰ ਮਾਰਿਆ ਦੋ ਤਿੰਨ ਬਾਲਾਂ ਤੇਜ਼ ਗਈ ਹੈ ਵਾਹ ਬਈ ਵਾਹ ਬਹੁਤ ਸੋਹਣਾ ਮੈਚ ਲੱਗ ਰਿਹਾ ਬੱਲੇ ਵਾਲੀ ਆ ਰਿੰਕੂ ਟਰਾਈ ਕਰਦਾ ਬੜੇ ਹੌਸਲੇ ਨਾਲ ਖੇਡਣ ਵਾਲਾ ਖਿਡਾਰੀ ਹੈ ਬੱਲੇ ਵਾਲੇ ਪਿੰਡ ਦਾ ਰਿੰਕੂ ਜਿਹੜਾ ਸੈਂਟਰ 'ਚ ਖੇਡਦੇ ਆ ਕਿਉਂਕਿ ਲੰਬਾ ਹੈ ਬਾਹਰ ਖੇਡੇ ਵਾਲਾ ਫੌਜੀ ਦਾ ਕਹਿੰਦੇ ਜੁੰਡੀ ਦਾ ਯਾਰ ਪਰ ਸਾਹਮਣੇ ਚੈਣੇ ਵਾਲੀ ਇਹ ਪਰਮ ਤੋਂ ਜਿੱਤ ਗਿਆ ਜੀ ਸੁੱਖ ਸਗਰੂਰੀ ਆ ਵੀਰੇ ਨੰਬਰ ਜਿਹੜਾ ਸ਼ੇਰੂ ਜਿੱਤ ਗਿਆ ਜੀ ਜੱਸੇ ਤੋਂ ਵੀਰੇ ਦੀ ਟੀਮ ਦੇ ਖਾਤੇ ਇੱਧਰ ਵੀ 16-11 ਹੋ ਗਏ ਲਾਸਟ ਪੁਆਇੰਟ ਆ ਗਿਆ ਜੀ
थोड़े समय च पता लग जाना भी चंगाली वाले का मेला जित गए कौन लै गया आ थोड़े समय च फैसले जेडे आ जाने मेरे मित्रों पर मैच जरा आ खेडा गया कहते चोटी का मुकाबला खेडा गया दोवें टीमों के विचकार मुंडे ने कहते मेहनत वड्डी की इतों पता लगता भी वाकया मुंडे वड्डिया वड्डिया टीमों वक्त मार दें चने लिए अज भी कहते कमाल का प्रदर्शन किया मुंडिया ने पर रवि ने सेंटर जाके कहते एक पासा करने वाली गल जी कर दी है चर्चे वे होंगे है बहादुर गड़ीए कहते मुंडे दे रवि है कहते मेरे मित्रों दुनिया भर के प्रसिद्ध हो गया है बड़ी मेहनत सदका मुंडा कहते बड़ी रखता बड़ी मिठी बोली बोलता आओ पर चैनिया का परम कहते एक होर पत्थर जरा पा गया है बाला कहते सारिया रोकी तिर आना मुंडा बाल परम यार बहुत तगड़ी समय मारी परम ने कई बाला घेरती मैच परम ने यार चैने वाली बारह सोलह हो गए बारह सोलह ब्रदर बारह बारह ते सोलह बारह ते सोलह कोई बहुता फर्क नहीं आप कह सकते लैवी पर मैं एक अद्धी के बाल होर फड़ देना ते कम जेड़ा नेड़े तेड़े नेड़े तेड़े लग जूगा पर सामने बहादुर लोड़िया नहीं मानता जेड़ा क्यारे पासे गलासे चक्की तुरे फिरदा चुंबर आओ बाल कहते धक्के ला गया अपनी टीम के लिए बड़ी फोर्स के नाल बड़ी स्पीड के नाल बाला कहते लाउंदा लास्ट पॉइंट है तगड़ी बाल मार गया मुंडा यार बहुत तगड़ा खेडे सारी इतने दिखाई तेरह सोलह हो गए मेरे तेरह सोलह जी दबाव तेरह हो गए ठीक है जी फिर जाके आसू तजावदा डिशा तिखाने नंबर कहते तेरह हो गया चैनिया की टीम के तेरह से कहते सोलह की टक्कर है मेरे मित्र करने लिए मुंडा कहते सुदीप चैने वाली तैयार पर तैयार है हम कमाल करती मुंडिया ने चैने वाली ने चौबर मेरे मित्रों सोलह हो गए ताड़ी मारे की ख्याल है ताड़ी मार दो जोरदार मुंडिया के लिए चौदह हो गए
ਝਨੀਰ ਦੇ ਲਾਗੇ ਕਰਕੇ ਚੈਣੇ ਵਾਲਾ ਪਿੰਡ ਨਾਂ ਦੱਸਾਉਂਦੀ ਆ ਮੀਰਪੁਰ ਲਾਲਿਆਂ ਵਾਲੀ ਆ ਲਾਗੇ ਲਾਗੇ ਬੱਸੇ ਕਹਿੰਦੇ ਬੜੇ ਪ੍ਰਸਿੱਧ ਪਿੰਡ ਨੇ ਬੁਰਜ ਭਲਾਈ ਆ ਵਾਹਨੀਵਾਲ ਨੂੰ ਬੜਾ ਪਿਆਰ ਕਰਦੇ ਆ ਔਰ ਸਾਹਮਣੇ 14 ਤੇ 16 ਦੀ ਟੱਕਰ ਹੋ ਗਈ ਆ ਜੇ ਆਹ ਪੁਆਇੰਟ ਜੋੜ ਕੇ ਨਾ ਬਹਾਦਰਗੜੀਆ ਤੇ ਸੋਹਣਿਆ ਦਿੱਲੀ ਦੂਰ ਨਾ ਕਰ ਦੇਣ ਮੁੰਡੇ ਆਹ ਤਿਆਰੀ ਫੜਨੀ ਪੈਣੀ ਆ ਨੰਬਰਦਾਰਾ ਕਰੀ ਗੱਲ ਸੋਹਣਿਆ ਵੀਰਾ ਹਾਂ ਸਾਹਮਣੇ ਕਹਿੰਦੇ ਮੁਕਾਬਲਾ ਤਗੜਾ ਵੀ ਇੱਕੋ ਜਿਹਾ ਰੰਗ ਹੋ ਜਾਵੇ ਮੁੜ ਕੇ ਰੁਪਈਆਂ ਦਾ ਲੈਣ ਦੇਣ ਹੋ ਜਾਵੇ ਸਾਡਾ ਦਾਤੀਆਂ ਤੇ ਕਈਆਂ ਦਾ ਮੀਆਂ ਵਾਲੀ ਮੰਡੀ ਵਿੱਚ ਬੈਠ ਕੇ ਨਗੌਰ ਦਾ ਵੀ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਵੀ ਕਰੀ ਕਿਤੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ ਮੇਲ ਹੋਣਗੇ ਆਓ ਸਾਹਮਣੇ ਜੇ ਨੰਬਰ ਇੱਕ ਹੋਰ ਜੋੜ ਗਏ ਨਾ ਤੇ ਗੱਲਾਂ ਦਾ ਟਿਕਾਣੇ ਲਾ ਦੇਣੀਆਂ ਰਵੀ ਗੱਲਾਂ ਦਾ ਟਿਕਾਣੇ ਲਾ ਦੇਣੀਆਂ ਜੇ ਨੰਬਰ ਇੱਕ ਹੋਰ ਜੋੜ ਗਏ ਮੁੰਡੇ ਚਰਚੇ ਕਰਾ ਜਾਣਗੇ ਆਓ ਮੁੰਡੇ ਕਹਿੰਦੇ ਚੈਨੇ ਵਾਲੀ ਆ ਮਾਨਸਾ ਵਾਲੇ ਆ ਤਕਦੀਰਾਂ ਦੇ ਸੌਦੇ ਹੁਣੇ ਹੋਣਗੇ ਵੀ ਚਾਰ ਘਰ ਛੱਡ ਦਿੰਦੀ ਹੁੰਡੀ ਡੈਣ ਰਹੀ ਹੈ ਤੇ ਮਿੱਤਰ ਦੀ ਭੈਣ ਸਮਝੀ ਇਹ ਭੈਣ ਵੀ ਹੈ ਟੂਣਾ ਟੱਪਾ ਬਹੁਤਾ ਦੇਰ ਨਹੀਂ ਉਹ ਚੱਲਦਾ ਤੇ ਮੇਰ ਤੁਹਾਨੂੰ ਰੱਬ ਵੀ ਹੈ ਸਲਾਉਂਦਾ ਹੋਊਗਾ ਵੀ ਮਹਿਫਲਾਂ ਚ ਮਿੱਟੀ ਪੁੱਟੀ ਏਣਾ ਕਿਸੇ ਦੀ ਤੇ ਅਗਲਾ ਵੀ ਮਹਿਫਲਾਂ ਸਜਾਉਂਦਾ ਹੋਊਗਾ ਵੀ ਮਹਿਫਲਾਂ ਚ ਮਿੱਟੀ ਪੁੱਟੀ ਏਣਾ ਕਿਸੇ ਦੀ ਵੀ ਅਗਲਾ ਵੀ ਮਹਿਫਲਾਂ ਸਜਾਉਂਦਾ ਹੋਊਗਾ ਤਾਰਿਆ ਕੀ ਖਿਆਲ ਆ ਵੀ ਨੰਬਰ ਇੱਕ ਹੋਰ ਜੇ ਲੱਗ ਗਿਆ ਤੇ ਗੱਲ ਵੱਖਰੀ ਤਾਰਾ ਕਹਿੰਦਾ ਆਪਾਂ ਨੂੰ ਕੀ ਆਪਾਂ ਨੂੰ ਕਿਹੜਾ ਜਿੱਤ ਕੇ ਕੋਈ ਅੱਧਾ ਨਾਮ ਦੇ ਦਿਓ ਆਪਾਂ ਦੇ ਸਵਾਲ ਹੀ ਲੈਣ ਆਉਂਦੇ ਹੁੰਦੇ ਆ ਕਹਿੰਦਾ ਨਜ਼ਾਰੇ ਲੈਣੇ ਆ ਵੀ ਨਜ਼ਾਰੇ ਆਈ ਜਾਂਦੇ ਆ ਵੀ ਨਜ਼ਾਰੇ ਜਾਈ ਜਾਂਦੇ ਆ ਤਾਰਾ ਕਹਿੰਦਾ ਵੀ ਆਪਾਂ ਨੂੰ ਕੀ ਆ ਭਾਵੇਂ ਇੰਡੀਆ ਜਪਾਨ ਹੋ ਗਏ ਆ ਆਪਾਂ ਤੇ ਸਵਾਦ ਲੈਣਾ ਹੈ ਆਓ ਸਾਹਮਣੇ 14 ਤੋਂ 15 ਦੇ ਹੋ ਗਏ ਤੇ ਗੱਲ ਜਿਹੜੀ ਬਹਾਦਰਗੜੀ ਆ ਵੱਡੀ ਬਣ ਜੂਗੀ ਆਓ ਸਾਹਮਣੇ ਟਰਾਈ ਤੇ ਕਰਦਾ ਪਿਛਲੇ ਕਈ ਦਿਨਾਂ ਤੋਂ ਫੇਟਾ ਪੂਰਾ ਚੁੱਬਰ ਆਓ ਕਹਿੰਦੇ ਜ਼ੋਰ ਲਾ ਰਿਹਾ ਹੈ ਕੱਲਾ ਹੀ ਚੁੱਬਰ ਕਹਿੰਦੇ ਵੱਧ ਮੈਂ ਨਾਰ ਪਈਆਂ ਹੈ ਇਹ ਵੀ ਲੱਭਿਆ ਦਾ ਸਾਥ ਦੇਣਾ ਪੈਣਾ ਪਰ ਫੜ ਕੇ ਆਉਂਦੀ ਜਾਂਦੀ ਬਾਲ ਕੰਮ ਨੇੜੇ ਤੇੜੇ ਨੇੜੇ ਤੇੜੇ ਹੋ ਜੂਗਾ ਔਰ ਕੰਮ ਜਿਹੜਾ ਨੇੜੇ ਤੇੜੇ ਲੱਗ ਜੂ ਹੱਥ ਨੂੰ ਵੀ ਪੈਂਦਾ ਯਾਰੋ ਘੁੱਟਣਾ ਜੇ ਗੁੱਟ ਤੇ ਚੜਾਉਣਾ ਹੋਵੇ ਕਲੇ ਨੂੰ ਤੇ ਬੈਠਿਆਂ ਨੂੰ ਦੁਨੀਆਂ ਨੀ ਪੂਜਦੀ ਹੁਣ ਮਿਲਣ ਦੀ ਸਲਾਮੀ ਇੱਥੇ ਪੱਤੇ ਖੜੇ ਨੂੰ 15 ਤੇ 16 ਜੱਸਾ ਹਰ ਗਿਆ ਜਸਪ੍ਰੀਤ ਹਰ ਗਿਆ ਵੀਰੇ ਜੱਸਾ ਜੀ 16 ਤੇ ਆਖਿਆ ਨੰਬਰ 16 ਕਹਿੰਦੇ ਕਿਹੜਾ ਚੋਬਰ ਜੋੜਦਾ ਇਹ ਹੁਣੇ ਪਤਾ ਲੱਗ ਜਾਣਾ ਮਿੱਤਰੋ ਗੱਲਬਾਤ ਟਿਕਾਣੇ ਲੱਗ ਜੂਗੀ ਉਹ ਕਹਿੰਦਾ ਹਰ ਗਿਆ ਪਾਸੇ ਸੋਹਣਾ ਤਾੜੀ ਮਾਰੋ ਜ਼ੋਰਦਾਰ ਲੀਡ ਪੱਟ ਕੇ ਬਰਾਬਰ ਆਇਆ ਵੀ ਇਹਨਾਂ ਜਿੱਤ ਜਾਣਾ ਇੱਕ ਤਾਰੀ ਉਹ ਮੁੰਡਿਆਂ ਲਈ ਮਾਰੋ ਦੋ ਜਣੇ ਮੇਰੇ ਦਿਓ ਤੇ ਜਿਹੜੇ ਜਿਹੜੇ ਕਹਿੰਦੇ ਜਿੱਤ ਜਿਹੜੀ ਮਰਜ਼ੀ ਜਾਵੇ ਦਿਮਾਗ ਲਾਉਣਾ ਪੈਣਾ ਪਰ ਮਾਜਰੇ ਵਾਲਾ ਟਰਾਈ ਦੇ ਕਰਦਾ ਹੋ ਨੰਬਰ ਕਹਿੰਦੇ ਲਾਸਟ ਹੈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਵੇਖੋ ਕਿਹੜਾ ਚੋਬਰ ਨੰਬਰ ਕਹਿੰਦੇ ਜੁੜੂਗਾ ਨੰਬਰ ਕਹਿੰਦੇ ਲਾਸਟ ਹੈ ਖੇਡ ਦੇ ਮੈਦਾਨ ਦੇ ਵਿੱਚ ਆਓ ਕਹਿੰਦੇ ਮੁੰਡੇ ਕਲਾਕਾਰੀਆਂ ਕਰਦੇ ਸੁਖਦੀਪ ਵਰਗੀ ਲੱਭੇ ਵਰਗੇ ਚੈਨੇ ਵਾਲੀ ਕਹਿੰਦੇ ਪਰਮ ਦੀ ਹੁਣ ਅੱਖ ਜਿਹੜੀ ਬਾਜ ਵਰਗੀ ਆ ਵੀ ਬਾਲ ਕੋਈ ਫੜ ਕੇ ਤੇ ਥਾਰ ਧਰਤੀ ਦੀ ਹਿੱਕ ਤੇ ਟੱਪਾ ਪੈ ਜਾਣਾ ਤੇ ਜੇ ਚੀਜ਼ ਹੋ ਗਈ
फिर कम हले औखा होगा, फिर हले दिल्ली दूर हो जूगी जे चेंज होगी, ते कम मेरे मित्रों औखा हो जाना। बाजरे वाले आया ते है सेंटर च, लोगों कहना फिर गल जी बड़ी रही है, जे इतों चेंज करके मैं जिते ते लोग फिर गल कर दिया, नहीं तो लोग कहना भी आया तो सी पर गल उ तो भी बड़ी नहीं है, ये बल्ले बल्ले तो करवानी पेगी। हे हे हूं गल नवाब उन्नी जाके खड़ूगी, सोलह सोलह उन्नी लास्ट आ जी, ਹੁਣ ਜਿਹੜਾ ਉੱਨੀ ਕਰ ਗਿਆ ਤੇ ਕਰ ਗਿਆ ਤੇ ਦੂਜਾ ਹੁਣ ਕਰ ਗਿਆ, ਠੀਕ ਹੈ ਸਤਾਰਵੀਂ ਦੀ ਤਿਆਰੀ ਆ, ਉੱਧਰ ਵੀ ਠੀਕ ਆ, ਠੀਕ ਆ ਸੁੱਖ ਵੀਰੇ, ਠੀਕ ਆ ਠੀਕ ਆ ਜਸਪ੍ਰੀਤ ਬਾਈ, ਉੱਨੀਆਂ ਦੀ ਹੋ ਗਈ ਗੇਮ ਵੀਰੇ, ਸੋਲਾਂ ਸੋਲਾਂ ਬਰਾਬਰ ਸਕੋਰ ਜੀ, राम राम भाई जी। चिराग नैटमैन, चिराग दिल्ली, सॉरी चिराग रघुवंशी, वेलकम जी। शेखर गुजर रदौर, वेलकम वेलकम भाई जी, हंसी मजाक चलता रहता है भाई। ਹਾਂਜੀ ਹਾਂਜੀ ਸਾਗਰ ਕਿਰਪਾ ਲਿਆਲ ਜੀ, ਓ ਉਹ ਵਿੱਕੀ ਵਿੱਕੀ ਓਏ ਦੇਖ ਲਿਆ ਹੈ ਨਹੀਂ ਤੂੰ, ਬੋਲ ਗੱਲਾਂ ਵਾਲੇ ਹੀ ਆ ਬਸ, ਰਾਤ ਕੁਛ ਹੋਰ ਸੀ, ਕਿੱਥੇ ਨੇ ਫੋਟੋਆਂ ਤੇਰੀਆਂ, ਨਹੀਂ ਨਹੀਂ ਅਭੀ ਨਹੀਂ ਚਿਰਾਗ ਭਾਈ, ਯਹਾਂ ਪੇ ਬਹੁਤ ਚੱਲ ਰਹੇ ਟੂਰਨਾਮੈਂਟ, ਅਭੀ ਕੋਈ ਪਲਾਨ ਨਹੀਂ ਹੈ ਚਿਰਾਗ ਭਾਈ, ਭੱਜੀ ਹਨੇਰੇ ਦੀ ਛੱਡ ਰਾਤ ਦੀਆਂ ਹਕੀਕਤਾਂ ਤੂੰ ਗੱਲ ਕਰ ਨਵੇਂ ਸਵੇਰੇ ਦੀ, ਵੈਲਕਮ ਜੀ ਵੈਲਕਮ ਆ ਕਰਨਾਲ ਵਾਲਾ ਜੀ, ਭੱਜੀ ਭੱਜੀ ਹਨੇਰੇ ਦੀ ਛੱਡ ਰਾਤ ਦੀਆਂ ਹਕੀਕਤਾਂ ਤੂੰ ਗੱਲ ਕਰ, ਜੱਸਾ ਹਾਰ ਗਿਆ ਸੈਮੀ ਫਾਈਨਲ ਹਾਰ ਗਿਆ ਜੱਸਾ, ਯੂਪੀ ਨੂੰ ਸ਼ੇਰੂ ਢਾਬਾ ਨੂੰ ਕਰ ਦਿੱਤਾ, ਆ ਹੁਣ ਕਿਹੜੀ ਫਾਈਨਲ ਚ ਯੂਪੀ ਸ਼ਾਸਤਰੀ ਸ਼ੇਰੂ ਢਾਬਾ ਤੇ ਸੱਚ ਮਸਤੀ ਰਾਣੀ, ਸੈਮੀ ਹਾਰ ਗਿਆ ਜੱਸਾ, ਸੈਮੀ ਹਾਰ ਗਿਆ ਸਚਿਨ ਰਾਣਾ ਤੇ ਜਾਂ ਮਾਜਰੇ ਵਾਲਾ ਛੋਟੂ, ਇਹ ਤੇ ਰੱਬ ਜਾਣਦਾ ਵੀ ਕੌਣ ਕੌਣ ਦਿੰਦਾ ਸਾਡੇ ਹੱਕ ਚ ਗਵਾਹੀ, ਤੇ ਕੌਣ ਕੌਣ ਚਾਹੁੰਦਾ ਸਾਡੀ ਦੇਖਣ ਤਬਾਹੀ, ਤੇ ਕਿਹਨੇ ਕਰਨੇ ਆ ਪਿੱਠ ਪਿੱਛੇ ਵਾਰ, ਮਿੱਤਰਾਂ ਨੂੰ ਸਭ ਖਬਰਾਂ, ਆਓ ਕਿੰਨੇ ਦੁਸ਼ਮਣ ਕਿੰਨੇ ਸਾਡੇ ਯਾਰ, ਆਓ ਮਿੱਤਰਾਂ ਨੂੰ ਸਭ ਖਬਰਾਂ ਵੀ ਕਿੰਨੇ ਸਭ ਖਬਰਾਂ, ਲਓ ਸਾਹਮਣੇ ਕਹਿੰਦੇ ਮੈਚ ਮੁੰਡਿਆਂ ਨੇ ਦੁੱਖ ਤੋੜਦੇ ਮੈਚ ਕਦਾ ਲਾਇਆ, ਚੈਨੇ ਵਾਲੀਏ ਵੀ ਵਾਲੇ ਫਿੱਟੋਏ ਫਿਰਦੇ ਆ, ਗੁਰਜੀਤੀ ਦੀ ਘਾਟ ਆ ਪਰ ਪਰਮਾਤਮਾ ਦੀ ਕਿਰਪਾ ਹੋਈ ਆ, ਮੁੰਡਾ ਫੌਜ ਚ ਆਰਮੀ ਚ ਭਰਤੀ ਹੋ ਗਿਆ, ਗੱਲਾਂ ਕਹਿੰਦੇ ਗੁਰਰੀਤੀ ਦੀਆਂ ਚੈਨੇ ਵਾਲੀ ਦੀਆਂ ਗੱਲਾਂ ਛਿੜਦੀਆਂ ਮੇਰੇ ਮਿੱਤਰੋ, ਪਰ ਸੁਖਦੀਪ ਵੀ ਪੂਰਾ ਫਿੱਟ ਆ, ਨਾਲ ਲੱਭਾ ਤੇ ਨਾਲ ਰਿੰਕੂ ਆ ਮੱਲੇ ਵਾਲੀ ਆ, ਮੁੰਡਾ ਕਹਿੰਦੇ ਜਿਹੜੇ ਸਿਰਸੇ ਤੋਂ ਚੱਲ ਕੇ ਆਇਆ, ਪਰ ਮੈਂ ਇੱਥੇ ਕਦੀ ਘਿਰਦੇ ਨਾ ਤੇ ਗੱਲਬਾਤ ਟਿਕਾਣੇ ਲੱਗ ਜੂਗੀ, ਜੇ ਇੱਥੋਂ ਇੱਕ ਦੀ ਘੇਰਦੇ ਨਾ ਤੇ ਗੱਲਬਾਤ ਲੱਗੂਗੀ ਟਿਕਾਣੇ, ਆਓ ਮੁੰਡੇ ਕਹਿੰਦੇ ਸਮਝਦਾਰੀ ਨਾਲ ਖੇਡੀ ਤੁਰੇ ਆਉਂਦੇ ਆ, ਆਓ ਮੁੰਡੇ ਕਹਿੰਦੇ ਸਮਝਦਾਰੀ ਨਾਲ ਖੇਡੀ ਤੁਰੇ ਆਉਂਦੇ ਆ, ਵੀ ਵੇਖੀ ਕਿਤੇ ਟੂਣਾ ਤੇ ਨੀ ਗਿਆ ਮਿੱਦਿਆ, ਤੇ ਸੱਪਾਂ ਦੀਆਂ ਸਿਰੀਆਂ ਤੇ ਰੋਜ਼ ਮਿੱਦਦੇ, ਡਿਗਰੀ ਵੀ ਪਾਸ ਆਊਟ ਕੀਤੀ ਹੋਈ ਆ, ਫੇਰ ਕਾਹਤੋਂ ਡੰਗਰਾਂ ਦਾ ਗੋਹਾ ਖਿੱਚਦੇ, ਆ ਸੁਪਨੇ ਚ ਕਾਹਤੋਂ ਮੇਰੇ ਰੋਣ ਕੁੱਤੀਆਂ, ਤੇ ਡੱਬਾ ਕਾਹਤੋਂ ਦਿਸੇ ਸਲਫਾਜ਼ਰ ਦਾ, ਤੇ ਗੌਰ ਨਾਲ ਦੇਖੀ
मेरे हाथ पंडता आओ लभ के दो नक्शा कनेडा शहर का गर नाल देखी मेरे हाथ पंडता लभ के दो नक्शा कनेडा शहर का कनेडा अमेरिका वाले भरावान ने सानू अज इस खेल टूरनामेंट के लिए बड़ी बड़ी सपोर्ट भेजी है दिल खोल के वीर ने दान दिता पर 16 तो 17 आओ कौन करता मेरे मित्रों मैं गुरद्वारे दिया कहते दो अखा है बहादुर गलिया ए पले आओ पले बल्ले 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 रब दे बहादुर गड़िया हम कमाल कर दिते यार 17 हो गए 17 वारी वाह पूछी नु थोड़ा हिंदी च पूछी फिर दसदा नवी नवाब दस दे मेरा वीर 17 हो गए 17 की थोड़ी जी बोली ज्यादा समझदा भी 17 हो गया है यारी है कहते बहादुर गड़िए प्रभाव के जेडे परौठे पहलवान खा गया रवि ओदे फिर पहलवान ही है गल्ला टका ले रवि कहना हूं ना पुछ हासा ही नहीं आता पता नहीं गल की हो गई है हूं हासा ही नहीं आता गल पता नहीं की हो गई है पर रवि जी समझा लो मुंडिया भी नंबर 17 हो गए नंबर 2 लौड़े आ औखे सौखे ला लो तो गल बन जूगी आओ कहते 2 पॉइंट भी पहाड़ बन जाएंगे आ टीम दोनों चंगिया ने लो 17 ते 16 की टक्कर है 17 ते 16 हिम्मत करके देख ला जे गल बन जाए अगे बढ़ने लई कौन किसे नूं राह दिंदा ते पाकी दुख दे सारे हस के जर जाइए आओ बेबी नूं इक तेरा दुख रवा जांदा समय जिहा बलवान ते ना पलवान कोई आखर बड़िया बड़िया दी कड़ ला देता तिरछे तिरछे तुम छुके बाल क्यों रखते हो और जे बताओ हर बात ताक तुम तारा जी लाल क्यों रखते हो के कुचरी हुआ मैडम गुस्गी आंख में माखिया भी टीजर ही वेख्या है और पिक्चर दे बाकिया टीजर ही वेख्या है पिक्चर दे बाकिया सैमिया सैमी मनप्रीत रे फाइनल दे यूपी शास्त्री शेरू ढाबा सक्सेसफुल वाली जैसे रेसर तो सैमी जीत के पहुंच चुके हैं ये दूसरा सैमी है सहारनपुर यूपी कह रहे हैं ते चैनल वे जेड़ा आपा बहादुर गड़िए रवि दा करदा जे पार मार के नंबर जोड़े ते रुपया जेड़ा 500 दिता जाना मेरे मित्रों भी नोटा तो महंगी चीज जेड़ी है और जिंद जान तेरे तो बारांगे नोटा तो महंगी चीज जेड़ी है जिंद जान तेरे तो बारांगे एक फाइनल मैच आ मैच तो बांझना बाकी है ते फेरा मिलना इतिहास बन जाना मकबूल होया पर राणे का कहते नाम चलना बाजरे वाले कहती पट्टी तू भी तोड़ दे ते फेर सवाल वखरा होगा 17 ते 16 इधर कहते नीलम भी दिता सदा के एक मुंडे ने मेनू मैसेज लेके भेजा कहना मेरे आए बोलती लिख के शायर शायर होगा कवि कवि है जे ढाबा वाला शेरू छोटे बच्चे ने लिख के भेजा हुई ना कदे बोलती मेरा वीर बन गई है ढाबा वाला तेको भी प्यार करते लोग छोटे छोटे बच्चे बहादुर गड़िए रवि दे मुरीद आ इहदे सुभा दे कायल आ लोकी आओ पर ग्राउंड दे आले वाले गेड़ा कट गया हो नापा जा लै गया कहना जिहड़ा मर्जी जित ले करदे आ हिसाब किताब डीकी आउंदा गल्लां टकाणिया ढाबा वाला शेरू भी उडीक करदा
ਵੀ ਜਿਹੜਾ ਮਰਜ਼ੀ ਜਿੱਤ ਜੇ ਕਿਉਂਕਿ ਥੋੜ੍ਹੀ ਜਿਹੀ ਕਾਹਲੀ ਹੁੰਦੀ ਹੈ ਅੱਜ ਕੱਲ੍ਹ ਪੇਪਰ ਚੱਲਦੇ ਆ ਥੋੜ੍ਹੀ ਕਾਹਲੀ ਹੁੰਦੀ ਆ ਅੱਜ ਕੱਲ੍ਹ ਪੇਪਰ ਚੱਲਦੇ ਆ ਤੇ ਟਾਈਮ ਨਾਲ ਹੀ ਜਿਵੇਂ ਬੂਟਾ ਕਹਿੰਦਾ ਹੁੰਦਾ ਵੀ ਦੁੱਧ ਨਾਲ ਆਂਡਾ ਦੇ ਜਾਂਦਾ ਚੜ੍ਹਦੇ ਵੱਡੇ ਆ ਲਾਗੇ ਹੱਥ ਲਾਗੇ ਬਾਬੇ ਦੇ ਬਾਈ ਤੇ ਗੱਲਾਂ ਬਾਤਾਂ ਕਹਿੰਦੇ ਟਿਕਾਣਿਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਚੜ੍ਹਦੇ ਕਹਿੰਦੇ ਵੱਡੇ ਆ ਚੜ੍ਹਦੇ ਆ ਨੀਲੂ ਕੋਚਿੰਗ ਸੈਂਟਰ ਦੇ ਵਿੱਚੋਂ ਕਹਿੰਦੇ ਕੋਚਿੰਗ ਲੈਂਦਾ ਇਹ ਇਹ ਵੀ ਕਹਿੰਦੇ ਮੁੰਡੇ ਦੀ ਖੇਡ ਵੱਡੀ ਆ ਬਾਕੀ ਚੋਬਰ ਨੇ ਕਹਿੰਦੇ ਉਸਤਾਦ ਕਹਿੰਦੇ ਚੰਗੇ ਧਾਰੇ ਹੋਏ ਨੇ ਤਾਂ ਕਰਕੇ ਅੱਜ ਕੱਲ੍ਹ ਗੱਲਾਂ ਵੱਡੀਆਂ ਬਣ ਗਈਆਂ ਨੇ ਮੈਂ ਚੋਟੀ ਦਾ ਮੈਂ ਵੀ ਨਵਾਬ 1716 ਪੁਆਇੰਟ 17-16 ਦੀ ਕਹਿੰਦੇ ਵੱਡੀ ਟੱਕਰਾ ਆਓ ਵੱਡੀ ਟੱਕਰਾ ਕਦੇ ਨਾ ਗਰਾਊਂਡ ਚ ਫੱਟਣ ਥਾਪੀਆਂ ਮੇਧਿਆਂ ਚ ਸਿੱਟਣੇ ਜੇ ਚਾਲ ਤੇ ਕਦੀ ਤੇ ਉਹਨਾਂ ਕੀ ਆਜ਼ਾਦੀਆਂ ਦਾ ਰੇਟ ਪੁੱਛਣਾ ਆਓ ਜਿੰਨੀ ਵੀ ਸਰਾਬੇ ਦੀ ਕਿਤਾਬ ਦੀ ਪੜ੍ਹੀ ਤੇ ਢਿਲੋਟਾਂ ਦੇ ਪੈਰ ਛੱਡ ਦੇ ਨਿਸ਼ਾਨ ਜਿੱਤ ਦੇ ਤੇ ਦਰੂਏ ਦੇ ਚੇਲੇ ਅਫਗਾਨ ਜਿੱਤ ਦੇ ਆਓ ਦਰੂਆਂ ਦੇ ਨਾਨਕੇ ਲਾਹੌਰ ਨਹੀਂ ਹੁੰਦੇ ਤੇ ਲਿਮਟਾਂ ਤੇ ਚੱਕੀਆਂ ਨਾ ਜਾਣੇ ਜਿੱਤਾਂ ਤੇ ਅਕਲਾਂ ਨੂੰ ਪੈਂਦੇ ਕਦੇ ਚੋਰ ਨਹੀਂ ਹੁੰਦੇ ਲਿਮਟਾਂ ਤੇ ਚੱਕੀਆਂ ਨਾ ਜਾਣੇ ਜਿੱਤਾਂ ਤੇ ਅਕਲਾਂ ਨੂੰ ਪੈਂਦੇ ਕਦੇ ਚੋਰ ਨਹੀਂ ਹੁੰਦੇ ਆਹ ਕਹਿੰਦੇ ਜੰਗ ਢਿੱਲੋਂ ਦਾ ਪੜੈਣ ਪਿੰਡ ਆ ਮੇਰੇ ਮਿੱਤਰੋ ਜਿਹਨੇ ਕਹਿੰਦੇ ਲੁਧਿਆਣੇ ਦਾ ਪੜੈਣ ਪਿੰਡ ਮੇਰੇ ਮਿੱਤਰੋ ਮਸ਼ਹੂਰ ਕਰ ਦਿੱਤਾ ਜੰਗ ਢਿੱਲੋਂ ਨੇ ਰਾਣਾ ਰਾਣਾ ਹੋ ਗਈ ਕਰਕੇ ਦਿਖਾਇਆ ਰਾਣਾ ਰਾਣਾ ਹੋ ਗਈ ਹੁਣ ਸਾਰੇ ਜੱਗ ਦੇ ਕੁਝ ਖੇਡ ਦੇ ਗਰਾਊਂਡਾਂ ਵਿੱਚ ਕਰਕੇ ਦਿਖਾਇਆ ਹਿੱਸਾ ਇਹਦਾ ਹਿੱਸਾ ਪਾਉਣਾ ਪੈਂਦਾ ਫੇਰ ਗੱਲ ਬਣਦੀ ਹੈ ਰਵੀ ਜੇ ਮਨ ਚ ਸੋਚ ਲਿਆ ਨਾ ਕਿਤੇ ਵੀ ਕੋਈ ਨੀ ਇਹਦਾ ਮੈਂ ਹਿਸਾਬ ਫੇਰ ਕਿਤਾਬ ਕਰ ਲਾਂਗੇ ਤੇ ਚੇਂਜ ਜਦੀ ਹੋ ਜਾਂਦੀ ਆ ਇਹ ਮੇਰਾ ਦੇਖਿਆ ਹੋਇਆ ਪਹਿਲਾਂ ਇਹਦਾ ਹਿੱਸਾ ਰੱਖਣਾ ਪੈਂਦਾ ਸਤਮਾ ਅਗਲੀ ਸਰਵਿਸ ਕਰਨ ਦੇ ਲਈ ਆਹ ਕਹਿੰਦੇ ਬਹਾਦਰ ਇਧਰਲੇ ਪਾਸੇ ਸਾਡੇ ਹਾਰ ਗਿਆ ਸੈਮੀਫਾਈਨਲ ਨਰਿੰਦਰ ਭਗੂਰੇ 500 ਦਿੱਤਾ ਜਾਵੇਗਾ ਭਰਾ ਨੇ ਸਾਡੇ ਲਵਲੀ ਵਰਗੇ ਕੋਈ ਆਪਣੇ ਕੋਲ ਬਾਲ ਲੈ ਕੇ ਸਾਰਿਆਂ ਦੀ ਲਾ ਦਿੰਦੇ ਆ ਪਾਤਰ ਪਰ ਗਾਲਾਂ ਕੱਢਣਗੇ ਪਰ ਮੇਰੇ ਕੱਲ